1145 तक सिख इतिहास महाराणा जी के वर्ष संबंध में अपना विचार साझे करनगे। सो आओ बड़े प्यार सहित पौने घंटे वास्ते इन पासों ये विचार सरपण करिए, उस तो उपरंत अगला जो प्रोग्राम दसिया जाएगा। वाहेगुरू जी का खालसा, वाहेगुरू जी की फतह। वाहेगुरू साहिब जीओ, धन वाहेगुरू अलप मत थोरी, तुम अपन बिरत रखावो, तुमरी शरण तुमारी आसा, तुम ही सज्जन सोहेले, राखो रखन हार दयाला, नानक कर के गोले, सूरा सो पहचानी है, जो लरे दीन कहेत, पुरजा कट मरे, कब हो ना छाड़े खेत, जाको हर रंग लागो इस जुग में, सो कहियत है सूरा, आत्म जिने सगल वसता कै, जाका सतगुर पूरा, जुगो जुग अटल, चवर शतर तख्त दे मालक, दसा पातशाहियां दी जागदी जोत, धन धन साहिब श्री गुरु ग्रंथ साहिब जी दी मुबारक, पावन पवित्र हजूरी दे अंदर सजे हुए दीवाना दियां हाजरियां भरदियां होयां, सिख धर्म दे महान सूरवीर शेरे पंजाब महाराजा रणजीत सिंह जी दी याद नूं, अते नाल ही नाल अज सिख राज जिन्हां ने धन गुरु गोबिंद सिंह पातशाह तो बाद कायम कीता, बाबा बंदा सिंह बहादुर दा शहीदी दिहाड़ा, इन्हां दिहाड़ियां नूं समर्पित अपां सजे दीवाना विच हाजरियां भर रहे हां। आओ जितना कु समा प्राप्त होया उस समय च रहिंदे आपां इतिहास दे नाल जुड़ना करिए जी, विचारां दी आरंभता तो पहलां दशमेश पिता दी बख्शी फतेह प्रवान करो जी, सारे गज के बुलाओ फतेह, वाहिगुरु जी का खालसा, वाहिगुरु जी की फतेह। जदों धन गुरु ग्रंथ साहिब की बाणी नूं किते असी विचार करके पढ़ीए तां जिहड़ी भगत रविदास जी ने बेगमपुरे शहर की गल कीती है, जिहड़े उस राज की गल उन्होंने अपने शब्द विच कीती है, ते असी किसे ना किसे आनंदपुर साहिब दे जिहड़े संकल्प दी गल दशमेश ने अपने जीवन विच कीती है, उसे लड़ी नूं अगे तोड़दे आ, भावें ओ बाबा बंदा सिंह बहादुर होण,
ਤੇ ਭਾਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਵੇ, ਉਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਸਮੁੱਚੇ ਸੰਸਾਰ ਨੂੰ ਇੱਕ ਗੱਲ ਸਮਝਾਈ ਹੈ ਕਿ ਅਸਲ ਵਿੱਚ ਸਿੱਖ ਰਾਜ ਦਾ ਹੋਣਾ, ਅਸਲ ਵਿੱਚ ਸਿੱਖ ਹਕੂਮਤ ਦੇ ਵਿੱਚ ਕਿਹੋ ਜਿਹੇ ਕਾਨੂੰਨਾਂ ਦਾ ਹੋਣਾ ਸਮੁੱਚੀ ਦੁਨੀਆਂ ਨੂੰ ਇੱਕ ਸੇਧ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਤੁਸੀਂ ਬਚਨ ਪੜ੍ਹਦੇ ਹੋ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਉਹ ਸ਼ਹਿਰ ਜਿੱਥੇ ਕੋਈ ਗਮ ਨਾ ਹੋਵੇ, ਕੋਈ ਚਿੰਤਾ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਸਾਰਿਆਂ ਲਈ ਇੱਕ ਜਿਹਾ ਕਾਨੂੰਨ ਹੋਵੇ, ਕੋਈ ਦੁਨਿਆਵੀ ਟੈਕਸ ਜਿੱਥੇ ਕੋਈ ਮਾਰ ਨਾ ਕਰਦਾ ਹੋਵੇ, ਇਹੋ ਜਿਹੇ ਸ਼ਹਿਰ ਦੀ ਸਿਰਜਣਾ ਜਿਹੜੀ ਸੀ ਉਹ ਇੱਕ ਸਾਧ ਸੰਗਤ ਜੀ ਸਿੱਖ ਰਾਜ ਦਾ ਕੰਸੈਪਟ ਸੀ, ਜਿਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਵੀ ਅਨੰਦਪੁਰ ਸਾਹਿਬ ਦੀ ਰੂਪ ਦੇ ਅੰਦਰ ਦੁਨੀਆ ਸਾਹਮਣੇ ਪ੍ਰਗਟ ਕੀਤਾ ਗਿਆ। ਅਨੰਦਪੁਰ ਸਾਹਿਬ ਦਾ ਵੀ ਅਰਥ ਇਹੋ ਹੈ ਕਿ ਜਿੱਥੇ ਸਦਾ ਆਨੰਦ ਵਰਤਦਾ ਹੋਵੇ, ਜਾਂ ਜਿੱਥੇ ਸਾਰਿਆਂ ਲਈ ਇੱਕ ਜਿਹਾ ਕਾਨੂੰਨ ਇੱਕ ਜਿਹਾ ਸਿਧਾਂਤ ਹੋਵੇ। ਤੇ ਉਹ ਤੋਂ ਬਾਅਦ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਆਉਂਦਾ ਹੈ, ਉਹਨਾਂ ਨੇ ਵੀ ਕੁਝ ਇਹੋ ਜਿਹਾ ਰਾਜ ਕਾਇਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹਦੇ ਅੰਦਰ ਵੀ ਇਹੋ ਸਿਧਾਂਤ ਸੀ, ਕਿਉਂਕਿ ਜੇਕਰ ਹੁਣ ਤੱਕ ਜਗੀਰਦਾਰੀ ਸਿਸਟਮ ਕਿਸੇ ਨੇ ਖਤਮ ਕੀਤਾ ਹੈ ਤੇ ਉਹ ਸੇਰਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਂਦਾ ਹੈ। ਜਗੀਰਦਾਰੀ ਸਿਸਟਮ ਬੰਦ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਜਿਹੜੀਆਂ ਵਾਹੁਣ ਵਾਲੀਆਂ ਜ਼ਮੀਨਾਂ ਸੀ ਉਹਨਾਂ ਦੇ ਸਿੱਧੇ ਮਾਲਕ ਬਣਾਇਆ ਸੀ। ਤੁਸੀਂ ਕੋਈ ਟੈਕਸ ਨਹੀਂ ਦੇਣਾ, ਤੁਸੀਂ ਕੋਈ ਕਿਸੇ ਨੂੰ ਕੁਝ ਨਹੀਂ ਦੇਣਾ, ਤੁਸੀਂ ਜਿਹੜੀ ਜ਼ਮੀਨ ਵਾਹੁੰਦੇ ਉਹਦੇ ਮਾਲਕ ਤੁਸੀਂ ਆਪ। ਹੁਣ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਆਪਾਂ ਉਹਨਾਂ ਦੀ ਯਾਦ ਮਨਾ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਪਿਛੋਕੜ ਨੂੰ ਜਦੋਂ ਤੱਕਦੇ ਹਾਂ, ਇਹਨਾਂ ਦੇ ਸਾਧ ਸੰਗਤ ਦੀ ਪਿਛੋਕੜ ਵਿੱਚ ਇਹਨਾਂ ਦੇ ਬਜ਼ੁਰਗ ਬਾਬਾ ਬੁੱਧ ਰਾਮ ਜੀ, ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਬਹੁਤ ਵੱਡੇ ਸੂਰਵੀਰ ਨੇ, ਬਹੁਤ ਵੱਡੇ ਸੂਰਵੀਰ ਨੇ, ਇਹਨਾਂ ਨੇ ਅੰਮ੍ਰਿਤ ਛਕ ਕੇ ਇਹਨਾਂ ਦਾ ਨਾਂ ਪਿਆ ਸੀ ਬਾਬਾ ਬੁੱਧ ਸਿੰਘ ਜੀ। ਬਾਬਾ ਬੁੱਧ ਸਿੰਘ ਨੇ ਵੀ ਕਈ ਜੰਗਾਂ ਵਿੱਚ ਸਾਧ ਸੰਗਤ ਜੀ ਸ਼ਾਮਲ ਹੋ ਕਰਕੇ ਸੂਰਮਤਾਈ ਦੇ ਆਪਣੇ ਗੁਣਾਂ ਨੂੰ ਉਜਾਗਰ ਕੀਤਾ। ਬਾਬਾ ਬੁੱਧ ਸਿੰਘ ਜੀ ਦੇ ਅੱਗੇ ਪੁੱਤਰ ਹੋਏ, ਉਹਨਾਂ ਪੁੱਤਰਾਂ ਵਿੱਚੋਂ ਸਾਧ ਸੰਗਤ ਜੀ ਬਾਬਾ ਨੋਦ ਸਿੰਘ ਹੈ, ਬੁੱਧ ਸਿੰਘ ਦੇ ਪੁੱਤਰ ਬਾਬਾ ਨੋਦ ਸਿੰਘ ਹੈ। ਨੋਦ ਸਿੰਘ ਦੇ ਪੁੱਤਰ ਸਾਧ ਸੰਗਤ ਜੀ ਬਾਬਾ ਚੜ੍ਹਤ ਸਿੰਘ ਹੈ। ਹੁਣ ਚੜ੍ਹਤ ਸਿੰਘ ਜਿਹੜੇ ਨੇ ਉਹਨਾਂ ਨੇ 30 ਸਿੰਘਾਂ ਦੀ ਇੱਕ ਪਲਟਣ ਤਿਆਰ ਕੀਤੀ ਹੈ, ਗੁਜਰਾਂ ਵਾਲੇ ਦੇ ਇਲਾਕੇ ਅੰਦਰ ਇੱਕ 30 ਸਿੰਘਾਂ ਦਾ ਜਥਾ ਬਣਾਇਆ ਹੈ, ਜਿਹਨੂੰ ਸ਼ੁਕਰ ਚੱਕਰੀਆ ਜਥਾ ਕਿਹਾ ਜਾਂਦਾ ਹੈ। ਇਹ ਸਾਧ ਸੰਗਤ ਜੀ ਬਾਬਾ ਚੜ੍ਹਤ ਸਿੰਘ ਨੇ ਬਣਾਇਆ। ਇਤਿਹਾਸ ਨੂੰ ਤੁਸੀਂ ਕਿਤੇ ਪੜ੍ਹ ਕੇ ਵੇਖੋ, ਜਦੋਂ ਅਬਦਾਲੀ ਨੇ ਸਾਧ ਸੰਗਤ ਜੀ ਬਹੁਤ ਵੱਡਾ ਘੱਲੂਘਾਰਾ ਕੀਤਾ, ਅਬਦਾਲੀ ਨੇ ਜਦੋਂ ਸਿੰਘਾਂ ਨੂੰ ਚੁਣ ਚੁਣ ਕੇ ਵੀ ਮਾਰਿਆ, ਅਬਦਾਲੀ ਨੇ ਜਦੋਂ ਕਹਿਰ ਢਾਇਆ, ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਅਬਦਾਲੀ ਨੂੰ ਜਾ ਕੇ ਵੰਗਾਰ ਕੇ ਕਿਹਾ ਸੀ, ਅਬਦਾਲੀ ਆ ਚੜ੍ਹਤ ਸਿੰਘ ਕੜੇ, ਚੜ੍ਹਤ ਸਿੰਘ ਤੈਨੂੰ ਚੈਲੇਂਜ ਕਰਦਾ, ਚੜ੍ਹਤ ਸਿੰਘ ਤੈਨੂੰ ਵੰਗਾਰਦਾ ਕਿ ਇੱਕ ਆਹਮੋ ਸਾਹਮਣੇ ਹੋ ਕੇ ਅੱਜ ਗੁਰੂ ਕੇ ਸਿੱਖ ਦੇ ਨਾਲ ਤੂੰ ਦੋ ਹੱਥ ਕਰ, ਫਿਰ ਦੇਖਦੇ ਹਾਂ ਕਿ ਕਿਹੜਾ ਸੂਰਮੈ ਕਿਹੜਾ ਤਾਕਤਵਰ ਹੈ। ਇਹ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ, ਬਾਬਾ ਚੜ੍ਹਤ ਸਿੰਘ। ਹੁਣ ਚੜ੍ਹਤ ਸਿੰਘ ਜੀ ਨੇ ਇੱਕ ਜਥਾ ਬਣਾਇਆ, ਔਰ ਉਸ ਜਥੇ ਦਾ ਰੂਲ ਵੇਖੋ, ਉਸ ਜਥੇ ਦਾ ਨਿਯਮ ਵੇਖੋ, ਜਿਹਨੇ ਉਸ ਜਥੇ ਵਿੱਚ ਸ਼ਾਮਲ ਹੋਣਾ ਹੈ। ਦਾਸ ਇਤਿਹਾਸ ਪੜ੍ਹ ਰਿਹਾ ਸੀ, ਜਿਹਨੇ ਉਸ ਜਥੇ ਵਿੱਚ ਸ਼ਾਮਲ ਹੋਣਾ ਹੈ, ਤੇ ਸਾਧ ਸੰਗਤ ਜੀ ਪਹਿਲੇ ਹੀ ਨਿਯਮ ਸੀ ਉਹਨੂੰ ਦਾੜੀ ਕੇਸ ਰੱਖਣੇ ਪੈਣਗੇ, ਗੁਰੂ ਦਾ ਅੰਮ੍ਰਿਤ ਛੱਕ ਕੇ ਉਹ ਇਸ ਜਥੇ ਵਿੱਚ ਸ਼ਾਮਲ ਹੋ ਸਕਦਾ। ਇਹ ਰੂਲ ਸੀ, ਨਿਯਮ ਬਣਾਇਆ ਗਿਆ। ਉਹ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਬਾਬਾ ਚੜ੍ਹਤ ਸਿੰਘ ਜੀ ਜੰਮੂ ਦੇ ਵਿੱਚ ਨੇ, ਜਦੋਂ ਜੰਮੂ ਦੀ ਧਰਤੀ 'ਤੇ ਨੇ,
ਤੇ ਉਹ ਐਡਾ ਵੱਡਾ ਸੂਰਮਾ ਜਿਹਨੇ ਕਈ ਜੰਗਾਂ ਯੁੱਧਾਂ ਦੇ ਵਿੱਚ ਆਪਣੇ ਜੌਹਰ ਦਿਖਾਏ ਹੋਣ, ਸਾਧ ਸੰਗਤ ਜੀ ਜਦੋਂ ਉਹ ਚੜ੍ਹਾਈ ਕਰਦੇ ਨੇ, ਇੱਕ ਬੰਦੂਕ ਦੇ ਅੰਦਰ ਬਰੂਦ ਭਰਦਿਆਂ ਉਹ ਬਰੂਦ ਵੱਧ ਭਰਿਆ ਗਿਆ, ਉਹ ਫਟਦਾ ਤੇ ਸਾਧ ਸੰਗਤ ਜੀ ਬਾਬਾ ਚੜ੍ਹਤ ਸਿੰਘ ਜੀ ਜਿਹੜੇ ਨੇ ਉਹ ਉਸ ਜੰਗ ਦੇ ਮੈਦਾਨ ਵਿੱਚ ਉਹ ਬੰਦੂਕ ਵਿੱਚੋਂ ਬਰੂਦ ਪੱਟਣ ਕਰਕੇ ਉਹਨਾਂ ਦੀ ਚੜ੍ਹਾਈ ਹੁੰਦੀ ਹੈ ਤੇ ਸਾਧ ਸੰਗਤ ਜੀ ਉਹ ਤੋਂ ਬਾਅਦ ਜਥੇਦਾਰ ਬਣਦੇ ਨੇ ਭਾਈ ਮਹਾਂ ਸਿੰਘ। ਹੁਣ ਇਹ ਭਾਈ ਮਹਾਂ ਸਿੰਘ ਭਾਈ ਚੜ੍ਹਤ ਸਿੰਘ ਦੇ ਪੁੱਤਰ ਨੇ। ਇਹ ਸਮਾਂ ਹੈ 1774 ਦਾ ਸਮਾਂ ਜਦੋਂ ਭਾਈ ਮਹਾਂ ਸਿੰਘ ਜਥੇਦਾਰ ਬਣੇ। ਭਾਈ ਮਹਾਂ ਸਿੰਘ ਨੂੰ ਜਥੇਦਾਰੀ ਮਿਲੀ, ਉਹਨਾਂ ਨੇ ਇਸ ਜਥੇ ਨੂੰ ਹੋਰ ਵਧਾਇਆ ਤੇ ਸਾਧ ਸੰਗਤ ਜੀ ਸੁਕਰ ਚੱਕਰੀਆ ਮਿਸਲ ਜਿਹੜੀ ਸੀ ਉਹ ਜਦੋਂ ਮਿਸਲਾਂ ਕਾਇਮ ਹੋਈਆਂ ਉਦੋਂ ਇਸ ਮਿਸਲ ਦੀ ਜਥੇਦਾਰੀ ਜਿਹੜੀ ਸੀ ਉਹ ਸਰਦਾਰ ਮਹਾਂ ਸਿੰਘ ਕੋਲ ਆ ਗਈ। ਉਹਨਾਂ ਨੇ ਇਸ ਜਥੇ ਅੰਦਰ ਹੋਰ ਭਰਤੀਆਂ ਕੀਤੀਆਂ, ਹੋਰ ਆਪਣੀ ਤਾਕਤ ਨੂੰ ਵਧਾਇਆ, ਹੋਰ ਇਲਾਕਿਆਂ ਨੂੰ ਜਿੱਤ ਕੇ, ਕਿਉਂਕਿ ਮਿਸਲਾਂ ਦੇ ਵਿੱਚ ਇੱਕ ਨਿਯਮ ਸੀ ਵੀ ਮਿਸਲ ਆਪਣਾ ਰਾਜ ਕਾਇਮ ਕਰੇ, ਆਪਣਾ ਥਾਂ ਕਾਇਮ ਕਰੇ, ਪਰ ਜਦੋਂ ਪੰਥ 'ਤੇ ਕੋਈ ਦੁਬਧਾ ਆਵੇ। ਇੱਕ ਬਹੁਤ ਵੱਡੀ ਅੱਜ ਘਾਟ ਹੈ, ਧਿਆਨ ਕਰਿਓ। ਉਦੋਂ ਮਿਸਲਾਂ ਦਾ ਇੱਕ ਨਿਯਮ ਬਣਿਆ ਸੀ, ਮਿਸਲਾਂ ਦਾ ਨਿਯਮ ਸੀ ਕਿ ਆਪਣੇ ਆਪਣੇ ਇਲਾਕੇ 'ਤੇ ਤੁਸੀਂ ਕਬਜ਼ਾ ਕਰਨੇ, ਇਲਾਕੇ ਵੀ ਵਧਾਉਣੇ ਨੇ। ਮਿਸਲਾਂ ਇਤਿਹਾਸ ਕਹਿੰਦੇ ਇੱਕ ਦੂਜੇ ਨਾਲ ਵੀ ਲੜਦੀਆਂ ਸਨ, ਪਰ ਧਿਆਨ ਕਰਿਓ ਜਦੋਂ ਕਿਤੇ ਪੰਥ 'ਤੇ ਦੁਬਧਾ ਆਉਂਦੀ ਸੀ, ਜਦੋਂ ਕਿਤੇ ਪੰਥਕ ਮਸਲਾ ਆਉਂਦਾ ਸੀ, ਮੈਂ ਸਿਰ ਝੁਕਦਾ ਉਹਨਾਂ ਸਿੱਖਾਂ ਅੱਗੇ ਕਿ ਉਹ ਸਾਰੇ ਜਦੋਂ ਪੰਥਕ ਮਸਲਾ ਆਉਂਦਾ ਸੀ ਸਾਰੇ ਇੱਕ ਹੋ ਜਾਂਦੇ ਸੀ, ਸਾਰੇ ਇੱਕ ਹੋ ਕੇ ਫਿਰ ਜੰਗਾਂ ਯੁੱਧਾਂ ਵਿੱਚ ਲੜਦੇ ਸਨ, ਕਿਉਂਕਿ ਪੰਥ ਲਈ ਸਾਰੇ ਇੱਕ ਸੀ। ਜਦੋਂ ਮਿਸਲਾਂ ਬਣੀਆਂ, ਉਹਨਾਂ ਮਿਸਲਾਂ ਨੂੰ ਬਣਾਉਣ ਵਾਲੇ ਨਵਾਬ ਕਪੂਰ ਸਿੰਘ ਜੀ ਨੇ ਇੱਕ ਨਿਯਮ ਬਣਾ ਦਿੱਤੇ ਸਨ, ਆਪਣੇ ਆਪਣੇ ਇਲਾਕੇ ਵਿੱਚੋਂ ਰਹਿੰਦੇ ਸਨ। ਸੁੱਕਰ ਚੱਕਰੀਆ ਮਿਸਲ ਇੱਕ ਬਹੁਤ ਵੱਡੀ ਮਿਸਲ ਬਣ ਗਈ ਸੀ, ਉਹਦੇ ਕੋਲ ਬਹੁਤ ਵੱਡਾ ਇਲਾਕਾ ਸੀ ਤੇ ਸਾਧ ਸੰਗਤ ਜੀ ਸਰਦਾਰ ਮਹਾਂ ਸਿੰਘ ਇਹਦੇ ਜਥੇਦਾਰ ਬਣੇ ਤੇ ਜਥੇਦਾਰੀ ਤੋਂ ਬਾਅਦ 1780 ਦੇ ਅੰਦਰ ਨਵੰਬਰ ਦੇ ਮਹੀਨੇ, ਕੁਛ ਇਤਿਹਾਸਕਾਰਾਂ ਨੇ ਡੇਟ 2 ਨਵੰਬਰ ਲਿਖੀ ਹੈ, ਕੁਝ ਇਤਿਹਾਸਕਾਰਾਂ ਨੇ 13 ਨਵੰਬਰ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ, ਸਾਧ ਸੰਗਤ ਜੀ 2 ਨਵੰਬਰ ਲਿਖਦੇ ਨੇ, ਕੁਝ ਵਿਦਵਾਨ 13 ਨਵੰਬਰ ਲਿਖਦੇ ਨੇ, ਪਰ ਨਵੰਬਰ ਦੇ ਮਹੀਨੇ ਅੰਦਰ 1780 ਦੇ ਵਿੱਚ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੋਇਆ। ਹੁਣ ਇਹ ਪੁੱਤਰ ਦਾ ਨਾਂ ਸਰਦਾਰ ਮਹਾਂ ਸਿੰਘ ਜੀ ਨੇ ਗੁਰੂ ਦੇ ਕਿਰਪਾ ਦੇ ਨਾਲ ਰਣਜੀਤ ਸਿੰਘ ਰੱਖਿਆ। ਇੱਕ ਗੱਲ ਚੇਤੇ ਰੱਖਿਓ, ਮੈਂ ਇੱਕ ਵਿਦਵਾਨ ਦੀ ਵਿਚਾਰ ਸੁਣ ਰਿਹਾ ਸੀ, ਮੈਨੂੰ ਬੜੀ ਚੰਗੀ ਲੱਗੀ। ਉਹ ਲਿਖਦਾ ਵੀ ਨਾਵਾਂ ਦਾ ਵੀ ਇੱਕ ਪ੍ਰਭਾਵ ਪੈਂਦਾ ਜੀਵਨ ਵਿੱਚ, ਨਾਵਾਂ ਦਾ ਵੀ ਅੱਜ ਜੀਵਨ ਵਿੱਚ ਪ੍ਰਭਾਵ ਪੈਂਦਾ। ਉਹ ਨਾਮ ਦਾ ਹੀ ਪ੍ਰਭਾਵ ਸੀ ਕਿ ਜਿੱਥੇ ਨਾਂ ਰਣਜੀਤ ਸਿੰਘ ਹੈ ਉੱਥੇ ਕਿਹੜਾ ਰਣ ਦਾ ਮੈਦਾਨ ਹੈ ਜਿਹੜਾ ਰਣਜੀਤ ਸਿੰਘ ਨੇ ਜਿੱਤਿਆ ਨਾ ਹੋਵੇ, ਕਿਹੜਾ ਰਣ ਦਾ ਮੈਦਾਨ ਹੈ ਜਿਹੜਾ ਸੂਰਮਾ ਬਣ ਕੇ ਉਹ ਅੱਗੇ ਜੂਝਿਆ ਨਾ ਹੋਵੇ। ਤੇ ਸਾਧ ਸੰਗਤ ਜੀ ਬਚਪਨ ਵਿੱਚ ਜਦੋਂ ਨਾਂ ਰੱਖਿਆ ਰਣਜੀਤ ਸਿੰਘ, ਚਾਰੇ ਪਾਸੇ ਖੁਸ਼ੀ ਮਨਾਈ ਗਈ ਤੇ ਥੋੜ੍ਹਾ ਕੁ ਸਮਾਂ ਹੀ ਬੀਤਿਆ ਸੀ ਜਦੋਂ ਇਸ ਛੋਟੇ ਜਿਹੇ ਬੱਚੇ ਨੂੰ ਚੇਚਕ ਦੀ ਬਿਮਾਰੀ ਨੇ ਆ ਘੇਰਿਆ। ਚੇਚਕ ਦੀ ਬਿਮਾਰੀ ਲੱਗੀ, ਚੇਚਕ ਦੀ ਬਿਮਾਰੀ ਨੇ ਐਡਾ ਕੁ ਹਮਲਾ ਕੀਤਾ ਸੀ ਕਿ ਇਸ ਬੱਚੇ ਦੀ ਇੱਕ ਖੱਬੀ ਅੱਖ ਵੀ ਜਾਂਦੀ ਰਹੀ, ਪੂਰਾ ਸਰੀਰ ਦਾਗਾਂ ਨਾਲ ਭਰ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਦਾਗ ਸਰੀਰ 'ਤੇ ਹੋ ਸਕਦੇ ਨੇ, ਇੱਕ ਅੱਖ ਨਾ ਵੀ ਹੋ ਸਕਦੀ ਹੈ, ਪਰ ਚੇਤੇ ਰੱਖਿਓ ਜਿਹੜੀ ਅੰਦਰ ਸ਼ਖਸੀਅਤ ਵਸੀ ਹੋਈ ਸੀ ਉਹ ਕਦੇ ਸਮਾਂ ਪਾ ਕੇ ਦੁਨੀਆਂ ਦੇ ਸਾਹਮਣੇ ਪੈਦਾ ਹੋਣੀ ਸੀ। ਇਹ ਭਾਵੇਂ ਇਹਨੂੰ ਅੱਜ ਤੁਸੀਂ ਦੁਬਲਾ ਨਾ ਸਮਝਿਓ, ਇਹਨੂੰ ਦਾਗਾਂ ਵਾਲਾ ਨਾ ਸਮਝਿਓ, ਇੱਕ ਦਿਨ ਇਹੀ ਸ਼ੇਰੇ ਪੰਜਾਬ ਬਣ ਕੇ ਇਹਨੇ ਉੱਭਰਨੇ,
ਇੱਕ ਦਿਨ ਇਹੀ ਹੈ ਜਿਹੜਾ ਸਮੁੱਚੇ ਪੰਜਾਬ ਦੀ ਧਰਤੀ ਤੇ ਰਾਜ ਕਰਕੇ ਇੱਕ 40 ਸਾਲ ਲਗਾਤਾਰ ਰਾਜ ਕਰਕੇ ਖਾਲਸੇ ਦਾ ਇਹਨੇ ਦੱਸਣੇ ਵੀ ਖਾਲਸੇ ਦਾ ਰਾਜ ਹੁੰਦਾ ਕੀ ਹੈ। ਧਿਆਨ ਕਰਿਓ, ਬਚਪਨ ਵਿੱਚ ਇਹ ਬਿਮਾਰੀ ਲੱਗੀ, ਇਹਦੇ ਵਿੱਚੋਂ ਉਭਰੇ, ਤਲਵਾਰਬਾਜ਼ੀ, ਘੋੜ ਸਵਾਰੀ, ਇਹ ਤਾਂ ਘਰ ਵਿੱਚੋਂ ਪੀੜ੍ਹੀ ਦਰ ਪੀੜ੍ਹੀ ਜਿਵੇਂ ਅੱਗੇ ਚੱਲਦੀਆਂ ਹੋਣ। ਧਿਆਨ ਕਰਿਓ, ਬਾਬਾ ਬੁੱਧ ਸਿੰਘ ਵੀ ਸੂਰਮੇ ਨੇ, ਬਾਬਾ ਨੋਧ ਸਿੰਘ ਵੀ ਸੂਰਮੇ ਹੈ, ਬਾਬਾ ਚੜ੍ਹਤ ਸਿੰਘ ਵੀ ਸੂਰਮੇ ਨੇ, ਜਥੇਦਾਰ ਮਹਾ ਸਿੰਘ ਵੀ ਸੂਰਮੇ ਨੇ, ਅਤੇ ਅੱਗੇ ਉਹਨਾਂ ਦੇ ਸੂਰਮਿਆਂ ਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਰਣਜੀਤ ਸਿੰਘ। ਦੇਖੋ ਕਦੇ ਵੀ ਆਪਣੀ ਪੀੜ੍ਹੀ ਵਿੱਚੋਂ ਅਸਰ ਆਉਂਦਾ। ਮੈਂ ਗੁਰਬਾਣੀ ਵਿੱਚੋਂ ਸ਼ਬਦ ਬੋਲਾਂ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਬਦੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਪੀੜ੍ਹੀ ਚੱਲੇ ਪਰ ਪੀੜ੍ਹੀ ਵਿੱਚ ਧਰਮ ਕਲਾ ਵੀ ਬੰਧੀ ਰਹੇ। ਉਹ ਧਰਮ ਕਲਾ, ਉਹ ਸ਼ਾਸਤਰ ਵਿੱਦਿਆ ਉਹਨਾਂ ਨੂੰ ਜਿਵੇਂ ਗੁੜਤੀ 'ਚ ਮਿਲੀ ਹੋਵੇ, ਅਤੇ ਸਾਧ ਸੰਗਤ ਜੀ ਉਹ ਗੁੜਤੀ 'ਚ ਲਈ ਹੋਈ ਸ਼ਾਸਤਰ ਵਿੱਦਿਆ ਦਾ ਹੀ ਕਮਾਲ ਸੀ ਕਿ ਇਤਿਹਾਸ ਗਵਾਹ ਹੈ, 9 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਦੇ ਨਾਲ ਜੰਗਾਂ ਯੁੱਧਾਂ ਵਿੱਚ ਹਿੱਸਾ ਲੈਣ ਲੱਗ ਪਏ ਸੀ 9 ਸਾਲ ਦੀ ਉਮਰ ਵਿੱਚ। ਅਤੇ ਸਾਧ ਸੰਗਤ ਜੀ ਕਿੰਨੀ ਛੋਟੀ ਉਮਰ ਹੋਏਗੀ, 9 ਸਾਲ ਦੀ ਉਮਰ, ਇੰਨੀ ਛੋਟੀ ਉਮਰ ਵਿੱਚ ਹੀ ਉਹ ਆਪਣੀ ਸੂਰਮਤਾਈ ਦੇ ਜਿਹੜੇ ਜੌਹਰ ਸੀ ਉਹ ਦਿਖਾਉਣ ਲੱਗ ਪਏ ਸੀ। ਸਮਾਂ ਆਪਣੀ ਚਾਲੇ ਚੱਲਿਆ, ਸਾਧ ਸੰਗਤ ਜੀ 1796 ਦੇ ਵਿੱਚ ਜਦੋਂ ਚਾਰੇ ਪਾਸੇ ਮਹਾਂ ਸਿੰਘ ਦੀ ਚੜ੍ਹਤ ਹੈ, ਜਦੋਂ ਚਾਰੇ ਪਾਸੇ ਚੜ੍ਹਤ ਹੈ, ਉਸ ਵੇਲੇ ਸਾਧ ਸੰਗਤ ਜੀ ਘਨੱਈਆ ਮਿਸਲ ਦੀ ਮਾਤਾ ਸਦਾ ਕੌਰ ਨੇ ਇੱਕ ਰਿਸ਼ਤਾ ਕੀਤਾ ਇਸ ਪਰਿਵਾਰ ਦੇ ਨਾਲ, ਔਰ ਉਹ ਰਿਸ਼ਤਾ ਸੀ ਆਪਣੀ ਪੁੱਤਰੀ ਮਹਿਤਾਬ ਕੌਰ ਦੇ ਆਨੰਦ ਕਾਰਜ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ। ਹੁਣ ਧਿਆਨ ਕਰਿਓ, ਦੋ ਮਿਸਲਾਂ ਆਪਸ ਵਿੱਚ ਜੁੜ ਗਈਆਂ, ਔਰ ਮਹਾਰਾਜਾ ਰਣਜੀਤ ਸਿੰਘ ਦੀ ਤੋਂ ਬਾਅਦ ਵੀ ਅੱਗੇ ਪੋਲਸੀ ਰਹੀ ਹੈ, ਉਹਨੇ ਜਿਹੜੀਆਂ ਤਕੜੀਆਂ ਮਿਸਲਾਂ ਸੀ ਉਹਨਾਂ ਨਾਲ ਰਿਸ਼ਤੇ ਗੰਢੇ, ਉਹਨਾਂ ਨਾਲ ਰਿਸ਼ਤਾ ਪਾਇਆ, ਅਤੇ ਸਾਧ ਸੰਗਤ ਜੀ ਉਹ ਤੋਂ ਬਾਅਦ ਫਿਰ ਜਿਹੜੀਆਂ ਮਿਸਲਾਂ ਕਮਜ਼ੋਰ ਸੀ ਉਹਨਾਂ ਦੇ ਨਾਲ ਜੰਗ ਲੜ ਕੇ ਜਾਂ ਸਮਝੌਤੇ ਕਰਕੇ ਉਹਨਾਂ ਨੂੰ ਆਪਣੇ ਵਿੱਚ ਮਿਲਾਇਆ, ਪੂਰਾ ਰਾਜ ਕਾਇਮ ਕਰਦਿਆਂ। ਮਹਾਰਾਜਾ ਰਣਜੀਤ ਸਿੰਘ ਭਾਵੇਂ ਪੜ੍ਹੇ ਲਿਖੇ ਨਹੀਂ ਸੀ, ਪਰ ਹਾਂ ਉਹਨਾਂ ਦੀ ਜਿਹੜੀ ਬੁੱਧ ਦੀ ਸੋਚ ਸੀ ਨਾ, ਉਹ ਬੜੀ ਉੱਚੀ ਸੀ, ਬੜੀ ਉੱਚੀ ਸੋਚ ਸੀ। ਇਹੋ ਕਾਰਨ ਹੈ ਕਿ ਅੰਗਰੇਜ਼ ਲਿਖਾਰੀਆਂ ਨੇ ਵੀ ਉਹਨਾਂ ਦੀ ਇਸ ਬੁੱਧ ਦੀ ਇਸ ਮਤ ਦੀ ਦਾਤ ਦਿੱਤੀ ਹੈ। ਕਹਿਣ ਲੱਗੇ ਵੀ ਐਡਾ ਵੱਡਾ ਰਾਜ ਕਾਇਮ ਕਰਕੇ ਉਹਨੂੰ ਚਲਾਉਣਾ ਇਹ ਮਹਾਰਾਜਾ ਰਣਜੀਤ ਸਿੰਘ ਹੀ ਚਲਾ ਸਕਦਾ, ਹੋਰ ਕੋਈ ਨਹੀਂ ਚਲਾ ਸਕਦਾ, ਐਡੀ ਵੱਡੀ ਮਤ ਦੇ ਮਾਲਕ ਸੀ। ਅਤੇ ਸਾਧ ਸੰਗਤ ਜੀ ਅੰਦਰ ਗੁਰੂ ਪ੍ਰਤੀ ਪਿਆਰ, ਅੰਦਰ ਗੁਰੂ ਪ੍ਰਤੀ ਸ਼ਰਧਾ ਵੀ ਇੰਨੀ ਸੀ ਕਿ ਜਿਸ ਦਿਨ ਮੇਰੇ ਸਤਿਗੁਰੂ ਦੀ ਦਿੱਤੀ ਹੋਈ ਦਾਤ ਸ਼ੇਰੇ ਪੰਜਾਬ ਦੀ ਪਦਵੀ 'ਤੇ ਬੈਠੇ, ਅਤੇ ਧਿਆਨ ਕਰਿਓ ਲੋਕਾਂ ਨੇ ਭਾਵੇਂ ਨਾਅਰੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੇ ਲਾਏ ਹੋਣ, ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਦਿਨ ਵੀ ਉੱਠ ਕੇ ਕਿਹਾ ਸੀ ਵੀ ਮੈਂ ਰਾਜਾ ਨਹੀਂ, ਮੈਂ ਤਾਂ ਗੁਰੂ ਨਾਨਕ ਦੇ ਘਰ ਦਾ, ਗੁਰੂ ਨਾਨਕ ਦੇ ਘਰ ਦਾ ਇੱਕ ਚਾਕਰ ਹਾਂ, ਮੈਂ ਇੱਕ ਚਾਕਰ ਹਾਂ। ਮੈਂ ਗੱਲ ਅੱਗੇ ਕਰਾਂ, 1796 ਵਿੱਚ ਇਹ ਆਨੰਦ ਕਾਰਜ ਹੋਏ ਮਹਾਰਾਜਾ ਰਣਜੀਤ ਸਿੰਘ ਦੇ। ਇਤਿਹਾਸ ਕਹਿੰਦੇ 5 ਸ਼ਾਦੀਆਂ ਨੇ, ਮਹਿਤਾਬ ਕੌਰ, ਦਤਾਰ ਕੌਰ, ਰਤਨ ਕੌਰ, ਸਾਧ ਸੰਗਤ ਜੀ, ਫਿਰ ਮਹਾਰਾਣੀ ਜਿੰਦ ਕੌਰ ਆਦਿ, ਇਹ 5 ਸ਼ਾਦੀਆਂ ਨੇ ਅਤੇ 7 ਸਪੁੱਤਰ ਨੇ ਇਹਨਾਂ ਦੇ, 7 ਸਪੁੱਤਰ ਨੇ। ਸਭ ਤੋਂ ਵੱਡੇ ਮਹਾਰਾਜਾ ਖੜਕ ਸਿੰਘ ਹੋਏ ਨੇ ਸਾਧ ਸੰਗਤ ਜੀ, ਇਤਿਹਾਸ ਲੰਬਾ ਚਲੇ ਜਾਏਗਾ। 7 ਪੁੱਤਰ ਨੇ ਅਤੇ 1801 ਦਾ ਸਮਾਂ ਆਇਆ, 1801 ਵਿੱਚ ਵਿਸਾਖੀ ਦਾ ਦਿਨ ਨਿਯਤ ਹੋਇਆ, ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ੇਰੇ ਪੰਜਾਬ ਦੀ ਉਪਾਧੀ ਨਾਲ ਨਿਵਾਜਿਆ ਜਾਣਾ। ਲਾਹੌਰ ਦੇ ਵਿੱਚ ਦਰਬਾਰ ਸਜਿਆ, ਅਤੇ ਦੋ ਨਾਵਾਂ ਨੂੰ ਕਦੇ ਨਾ ਭੁੱਲਿਓ, ਇੱਕ ਗਿਆਨੀ ਗੁਰਮੁਖ ਸਿੰਘ ਅਤੇ ਇੱਕ ਸਾਧ ਸੰਗਤ ਜੀ ਉਨੇ ਦੇ ਉਹ ਮਹਾਂਪੁਰਸ਼,
ਬਾਬਾ ਸਾਹਿਬ ਸਿੰਘ ਬੇਦੀ 1801 ਦੇ ਅੰਦਰ ਵਿਸਾਖੀ ਦਾ ਦਿਨ ਚੁਣਿਆ ਗਿਆ। ਉਹ ਕਿਹੜਾ ਗੁਰੂ ਘਰ ਹੋਵੇਗਾ ਜਿੱਥੇ ਉਸ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਨਹੀਂ ਪਏ। ਹਰ ਗੁਰੂ ਘਰ ਵਿੱਚ ਉਸ ਦਿਨ ਅਰਦਾਸ ਕੀਤੀ ਗਈ, ਹਰ ਮੰਦਿਰ ਵਿੱਚ ਉਸ ਦਿਨ ਪੂਜਾ ਹੋਈ, ਹਰ ਮਸਜਿਦ ਵਿੱਚ ਉਸ ਦਿਨ ਐਤਾਂ ਪੜ੍ਹੀਆਂ ਗਈਆਂ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੀ ਉਪਾਧੀ ਨਾਲ ਦੇ ਕੇ ਨਵਾਜਿਆ ਜਾਣਾ। ਤੇ ਉਸ ਦਿਨ ਭਰੇ ਇਕੱਠ ਵਿੱਚ ਗਿਆਨੀ ਗੁਰਮੁਖ ਸਿੰਘ ਜੀ ਨੇ ਅਰਦਾਸ ਕਰਨੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਬੇਨਤੀ ਆਖੀ। ਕਹਿਣ ਲੱਗੇ, ਗਿਆਨੀ ਜੀ, ਇੱਕ ਅਰਦਾਸ ਜਦੋਂ ਤੁਸੀਂ ਕਰੋ ਨਾ, ਅਰਦਾਸ ਵਿੱਚ ਤੁਸੀਂ ਮੇਰੇ ਨਾਂ ਦਾ ਰਾਜ ਨਹੀਂ ਕਹਿਣਾ। ਤੁਸੀਂ ਜਦੋਂ ਅਰਦਾਸ ਕਰਨੀ ਹੈ ਉਦੋਂ ਤੁਸੀਂ ਨਾਨਕ ਦੇ ਨਾਮ ਦੇ ਖਾਲਸੇ ਦੇ ਰਾਜ ਦੀ ਸਥਾਪਨਾ ਦੀ ਅਰਦਾਸ ਕਰਨੀ ਹੈ, ਤੁਸੀਂ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਦੀ ਅਰਦਾਸ ਨਹੀਂ ਕਰਨੀ। ਗਿਆਨੀ ਗੁਰਮੁਖ ਸਿੰਘ ਜੀ ਨੇ ਅਰਦਾਸ ਕੀਤੀ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਤਖ਼ਤ ਤੇ ਬਿਠਾ ਕੇ ਤਿਰਕ ਲਾਇਆ, ਗੱਦੀ ਤੇ ਬਿਠਾਇਆ ਤੇ ਸਾਧ ਸੰਗਤ ਜੀ ਉਸ ਦਿਨ ਫਿਰ ਵਿਚਾਰ ਸ਼ੁਰੂ ਹੋਈ, ਨਿਯਮ ਬਣਨੇ ਸ਼ੁਰੂ ਹੋਏ। ਤੇ ਪਹਿਲਾਂ ਸੀ ਵੀ ਸਿੱਕਾ ਕਿਹਦੇ ਨਾਂ ਦਾ ਚਲਾਇਆ ਜਾਏ। ਕਿਸੇ ਨੇ ਵਿਚਾਰ ਦਿੱਤੀ ਵੀ ਬਾਬਾ ਨੋਬ ਸਿੰਘ ਦੇ ਨਾਂ ਦਾ ਸਿੱਕਾ ਚਲਾ ਦਈਏ, ਕੋਈ ਕਹਿੰਦਾ ਬਾਬਾ ਬੁੱਧ ਸਿੰਘ ਦੇ ਨਾਂ ਦਾ ਸਿੱਕਾ ਚਲਾਈਏ, ਕੋਈ ਕਹਿੰਦੇ ਨਹੀਂ ਇਹਨਾਂ ਦੇ ਸੂਰਮੇ ਬਜ਼ੁਰਗ ਬਾਬਾ ਚੜ੍ਹਤ ਸਿੰਘ ਦੇ ਨਾਂ ਦਾ ਸਿੱਕਾ ਚਲਾਈਏ। ਜਦੋਂ ਵਿਚਾਰਾਂ ਚੱਲ ਰਹੀਆਂ, ਮਹਾਰਾਜਾ ਰਣਜੀਤ ਸਿੰਘ ਉੱਠ ਕੇ ਖਲੋ ਕੇ ਕਹਿਣ ਲੱਗੇ ਵੀ ਨਹੀਂ ਪਿਆਰਿਓ, ਇਹ ਰਾਜ ਵੀ ਨਾਨਕ ਦਾ, ਮੈਂ ਵੀ ਨਾਨਕ ਦਾ ਤੇ ਇਹ ਸਮੁੱਚਾ ਪੰਥ ਹੀ ਗੁਰੂ ਦਾ। ਤੇ ਜੇ ਰਾਜ ਗੁਰੂ ਦਾ ਤੇ ਫਿਰ ਸਿੱਕੇ ਵੀ ਗੁਰੂ ਦੇ ਨਾਂ ਦੀ ਚੱਲਣਗੇ, ਮੋਹਰਾਂ ਵੀ ਗੁਰੂ ਦੀਆਂ ਹੀ ਬਣਨਗੀਆਂ, ਨਾਨਕ ਦੇ ਨਾਂ ਦੇ ਸਿੱਕੇ ਚੱਲੇ। ਸਾਧ ਸੰਗਤ ਜੀ, ਨਾਨਕ ਦੇ ਨਾਂ ਦੀਆਂ ਮੋਹਰਾਂ ਬਣੀਆਂ ਤੇ ਉਹਨਾਂ ਮੋਹਰਾਂ ਦੇ ਉੱਤੇ ਗੁਰੂ ਨਾਨਕ ਦੇ ਨਾਂ ਦੀਆਂ ਮੋਹਰਾਂ ਬਣਾ ਕੇ, ਕਿਉਂਕਿ ਰਾਜ ਹੀ ਖਾਲਸੇ ਦਾ ਕਾਇਮ ਇੱਕ ਕਰ ਦਿੱਤਾ। ਹੁਣ ਉਹ ਤੋਂ ਬਾਅਦ ਪੂਰੇ ਪੰਜਾਬ ਦੇ ਅੰਦਰ ਖਾਲਸੇ ਦਾ ਰਾਜ ਕਾਇਮ ਹੋਇਆ। ਅੰਮ੍ਰਿਤਸਰ ਦੀ ਧਰਤੀ ਦੀ ਇੱਕ ਮੈਂ ਵਿਥੇ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਯਾਦ ਰੱਖਿਓ, ਜਦੋਂ ਵੀ ਮਹਾਰਾਜਾ ਅੰਮ੍ਰਿਤਸਰ ਨੂੰ ਆਉਂਦੇ ਸਨ ਨਾ, ਬੜੀ ਨਿਮਰਤਾ ਵਿੱਚ, ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਐਡੀ ਨਿਮਰਤਾ, ਇੱਕ ਵਾਰ ਤਾਂ ਇਹੋ ਜਿਹਾ ਵੀ ਸਮਾਂ ਆਇਆ ਜਦੋਂ ਸਾਦੇ ਕੱਪੜਿਆਂ ਵਿੱਚ ਕੋਈ ਫੌਜ ਨਹੀਂ, ਕੋਈ ਅਹਿਲਕਾਰ ਨਹੀਂ, ਕੋਈ ਘੋੜਾ ਨਹੀਂ, ਕੋਈ ਸਾਧ ਸੰਗਤ ਜੀ ਇਹੋ ਜੀ ਕੋਈ ਰੁਤਬਾ ਨਹੀਂ, ਕੋਈ ਘੋੜੇ ਨਿੱਜੇ ਨਹੀਂ, ਸਗੋਂ ਇੱਕ ਸਾਦੇ ਜਿਹੇ ਮਨੁੱਖ ਦੇ ਲਿਬਾਸ ਵਿੱਚ 40 ਮੀਲ ਦਾ ਲੰਬਾ ਪੈਂਡਾ ਤੈਅ ਕਰਕੇ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਨ ਲਈ ਪੈਦਲ ਚੱਲ ਕੇ ਅੰਮ੍ਰਿਤਸਰ ਆਏ ਸੀ। ਇੱਕ ਭਾਵਨਾ ਸੀ ਵੀ ਮੈਂ ਰਾਜਾ ਨਹੀਂ, ਰਾਜਾ ਮੇਰਾ ਗੁਰੂ ਹੈ, ਮੇਰਾ ਗੁਰੂ ਰਾਮਦਾਸ ਪਾਤਸ਼ਾਹ ਹੈ, ਮੈਂ ਰਾਜਾ ਨਹੀਂ। ਤੇ ਉਹ ਅਰਦਾਸ ਕਿਸ ਲਈ ਆਏ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਮੁਲਤਾਨ ਵਿੱਚ ਕਾਲ ਪਿਆ ਸੀ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਖੋਲ੍ਹ ਦਿੱਤੇ ਸੀ ਤੇ ਅਰਦਾਸ ਕਰਨਾ ਸੀ, ਸੱਚੇ ਪਾਤਸ਼ਾਹ ਇਸ ਨਿਮਾਣੇ ਜੇ ਸੇਵਕ ਤੇ ਕਿਰਪਾ ਕਰ ਗੁਰੂ ਰਾਮਦਾਸ। ਗੁਰੂ ਅਰਜਨ ਦੇ ਪਾਤਸ਼ਾਹ, ਜਦੋਂ ਲਾਹੌਰ ਚ ਕਾਲ ਪਿਆ ਸੀ, ਤੂੰ ਆਪ ਆਪਣੇ ਹੱਥੀਂ 8 ਮਹੀਨੇ ਸੇਵਾ ਕਰਦਾ ਰਿਹਾ। ਸੱਚੇ ਪਾਤਸ਼ਾਹ, ਜਦੋਂ ਲਾਹੌਰ ਚ ਕਾਲ ਪਿਆ ਸੀ, ਤੈਂ ਵੀ ਸੰਗਤਾਂ ਨੂੰ ਕਿਹਾ ਸੀ ਦਸਵੰਤ ਅੰਮ੍ਰਿਤਸਰ ਨਹੀਂ ਦੇਣਾ, ਦਸਵੰਤ ਲਾਹੌਰ ਵਿੱਚ ਲੋੜਵੰਦਾਂ ਨੂੰ ਵੰਡ ਦਿਓ। ਸਤਿਗੁਰੂ ਕਿਰਪਾ ਕਰ, ਮੇਰੇ ਖਜ਼ਾਨੇ ਵੀ ਘੱਟ ਹੋ ਸਕਦੇ ਨੇ, ਮੇਰੇ ਖਜ਼ਾਨੇ ਮੁੱਕ ਸਕਦੇ ਨੇ, ਪਰ ਜੇ ਤੇਰੀ ਕਿਰਪਾ ਹੋ ਜਾਵੇ ਤੂੰ ਇਸ ਔਖੀ ਘੜੀ ਵਿੱਚੋਂ ਤੂੰ ਕੱਢ ਸਕਦਾ, ਕਿਉਂਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ, ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਹੁਣ ਇੱਡੀ ਨਿਮਰਤਾ ਸੀ ਗੁਰੂ ਪ੍ਰਤੀ। ਅੱਜ ਸਾਧ ਸੰਗਤ ਜੀ ਮਾਫ ਕਰਿਓ, ਜੇ ਕੋਈ ਸਿੱਖ ਉੱਚੇ ਅਹੁਦੇ ਤੇ ਪਹੁੰਚ ਜਾਏ ਨਾ, ਮਾਫ ਕਰਨਾ, ਮੈਨੂੰ ਕਹਿਣ ਦੇਣਾ, ਰਾਜ ਸਾਡਾ ਹੋਇਆ ਪਰ ਰਾਜ ਹੋ ਕੇ ਵੀ ਅੰਦਰ ਹਉਮੈ ਆ ਗਈ, ਜਦੋਂ ਬਾਣੀ ਤੋਂ ਟੁੱਟ ਗਏ, ਫਿਰ ਧਿਆਨ ਕਰਿਓ ਉਹ ਰਾਜੇ ਵੀ ਫਿਰ ਲੁੱਟਣ ਵਾਲੇ ਤਾਂ ਬਣੇ
ਪਰਜਾ ਦੀ ਸੇਵਾ ਕਰਨ ਵਾਲੇ ਨਹੀਂ ਬਣੇ। ਮਹਾਰਾਜਾ ਰਣਜੀਤ ਸਿੰਘ ਕੋਲ ਰਾਜ ਵੀ ਹੈ ਪਰ ਪਰਜਾ ਦੀ ਸੇਵਾ ਕਰਨ ਦਾ ਵੀ ਇੱਕ ਸੰਕਲਪ ਹੈ। ਉਹਨਾਂ ਦੀਆਂ ਨਜ਼ਰਾਂ ਵਿੱਚ ਸੱਭੇ ਸਾਂਝੀ ਵਾਲ ਸਦਾਇਨ ਦਾ ਉਪਦੇਸ਼ ਹੈ, ਉਹਨਾਂ ਦੀਆਂ ਨਜ਼ਰਾਂ ਵਿੱਚ ਅਵਲੇ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗੇ ਉਪਜਿਆ, ਕੌਣ ਭਲੇ ਕੋ ਮੰਦੇ ਦਾ ਸਿਧਾਂਤ ਹੈ। ਉਹਨਾਂ ਦੀਆਂ ਨਜ਼ਰਾਂ ਵਿੱਚ ਹਰ ਇੱਕ ਧਾਰਮਿਕ ਅਸਥਾਨ ਇੱਕ ਜਿਹੀ ਨਜ਼ਰ ਹੈ। ਤੁਸੀਂ ਵੇਖੋ ਕਦੇ ਇਤਿਹਾਸ ਨੂੰ ਪੜ੍ਹ ਕੇ, ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਗੁਰੂ ਧਾਮਾਂ ਦੀ ਸੇਵਾ ਕਰਵਾਈ, ਉਹਨਾਂ ਦੇ ਨਾਮਾਂ 'ਤੇ ਜ਼ਮੀਨਾਂ ਅਲਾਟ ਕੀਤੀਆਂ, ਜਗੀਰਾਂ ਅਲਾਟ ਕੀਤੀਆਂ, ਉੱਥੇ ਧਾਰਮਿਕ ਮੰਦਿਰ ਵੀ ਬਣਵਾਏ, ਮਸਜਿਦਾਂ ਵੀ ਬਣਾਈਆਂ, ਉੱਥੇ ਮੁਸਲਮਾਨ ਲਈ ਵੀ ਉਹੀ ਕਾਨੂੰਨ ਹੈ, ਉੱਥੇ ਸਿੱਖ ਲਈ ਵੀ ਉਹੀ ਕਾਨੂੰਨ ਹੈ, ਉੱਥੇ ਇੱਕ ਹਿੰਦੂ ਲਈ ਵੀ ਉਹੀ ਕਾਨੂੰਨ ਹੈ। ਯਾਦ ਰੱਖਿਓ, ਜਦੋਂ ਅੱਜ ਵੀ ਆਪਾਂ ਰਾਜ ਦੀ ਗੱਲ ਕਰਦੇ ਹਾਂ ਔਰ ਉਹ 40 ਸਾਲ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਾਨੂੰ ਕੰਪੇਅਰ ਕਰਨਾ ਪਵੇਗਾ ਵੀ ਉਹਨਾਂ ਦੇ ਰਾਜ ਵਿੱਚ ਜੇ ਅੱਜ ਆਪਾਂ ਰਾਜ ਮੰਗੀਏ ਤਾਂ ਇਹੋ ਜਿਹੇ ਨਿਯਮ ਸਾਨੂੰ ਸਿੱਖ ਧਰਮ ਦੇ ਨਾਲ ਸੰਬੰਧਿਤ ਬਣਾਉਣੇ ਪੈਣਗੇ ਕਿ ਜਿੱਥੇ ਸਾਰਿਆਂ ਲਈ ਇੱਕ ਜਿਹਾ ਸਿਧਾਂਤ, ਇੱਕ ਜਿਹਾ ਨਿਯਮ ਲਾਗੂ ਹੋਏਗਾ। ਅੱਜ ਅਸੀਂ ਰਾਜ ਦੀ ਗੱਲ ਤਾਂ ਕਰਦੇ ਹਾਂ ਪਰ ਅਸੀਂ ਦੋਹਰਾ ਵੀ ਪੜ੍ਹਦੇ ਹਾਂ, ਮਾਫ਼ ਕਰਿਓ ਅਧੂਰਾ ਨਾ ਪੜ੍ਹੀਏ। ਅਸੀਂ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ, ਭਾਈ ਨਹੀਂ ਵੀ ਪੜ੍ਹਦੇ ਹਾਂ। ਮੇਰੇ ਨੌਜਵਾਨ ਵੀਰ, ਜਦੋਂ ਵੀ ਕਿਧਰੇ ਕੋਈ ਬਹੁਤ ਵੱਡਾ ਸਾਧ ਸੰਗਤ ਜੀ ਹੋਵੇ, ਥਾਂ 'ਤੇ ਕੋਈ ਵੀ ਗੱਲ ਹੋਵੇ, ਆਪਾਂ ਕਹਿੰਦੇ ਰਾਜ ਕਰੇਗਾ, ਪਿੱਛੋਂ ਬੋਲਾਂਗੇ ਖਾਲਸਾ, ਅਗਲੀ ਪੰਕਤੀ ਨਹੀਂ ਪੜ੍ਹਦੇ। ਆਕੀ ਰਹੇ ਨਾ ਕੋਈ, ਆਕੀ ਦਾ ਅਰਥ ਕੀ ਹੁੰਦਾ? ਆਕੀ ਦਾ ਅਰਥ ਹੁੰਦਾ ਟੁੱਟ ਜਾਣਾ। ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਦੇ ਸਿਧਾਂਤ ਤੋਂ ਤੋੜਦੀ ਹੈ, ਸਾਨੂੰ ਆਕੀ ਕਰਦੀ ਹੈ, ਉਹ ਇੱਕ ਵੀ ਨਾ ਸਾਡੇ 'ਚ ਰਵੇ, ਫਿਰ ਤਾਂ ਆਪਾਂ ਰਾਜ ਕਰਾਂਗੇ, ਫਿਰ ਤਾਂ ਰਾਜ ਹੈ ਅਤੇ ਸਤਿਗੁਰੂ ਫਿਰ ਕਰਨਾ ਕੀ ਪੈਣਾ। ਕਹਿੰਦੇ ਖੁਆਰ ਹੋਏ, ਖੁਆਰ ਦਾ ਅਰਥ ਹੁੰਦਾ ਛੱਡਣਾ। ਜਿਹੜੀਆਂ ਚੀਜ਼ਾਂ ਤੁਹਾਨੂੰ ਗੁਰੂ ਤੋਂ ਤੋੜਨ, ਉਹਨਾਂ ਨੂੰ ਛੱਡ ਕੇ ਆਵੀਂ ਪੁੱਤਰ, ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ 'ਚ ਹੋਏ ਅਤੇ ਬਚਦਾ ਉਹੀ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉੱਭਰਦਾ ਉਹੀ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਜੇ 40 ਸਾਲ ਮਹਾਰਾਜਾ ਰਣਜੀਤ ਸਿੰਘ ਰਾਜ ਕਰ ਗਿਆ, ਉਹਦੇ ਪਿੱਛੇ ਤਾਕਤ ਇਹੀ ਸੀ ਕਿ ਉਹਦੀ ਜ਼ਿੰਦਗੀ ਦੇ ਅੰਦਰ ਗੁਰੂ ਪ੍ਰਤੀ ਪਿਆਰ, ਬਾਣੀ ਪ੍ਰਤੀ ਪਿਆਰ ਸੀ। ਰੋਜ਼ ਸਮਾਂ ਕੱਢ ਕੇ ਉਹ ਬਾਣੀ ਪੜ੍ਹਦਾ ਸੀ ਅਤੇ ਬਾਣੀ ਸੁਣਦਾ ਸੀ। ਅੱਜ ਸਾਡੇ ਵਿੱਚ ਇਹ ਵੀ ਘਾਟ ਆ ਗਈ ਕਿ ਜੇ ਕੋਈ ਅਹੁਦਾ ਮਿਲ ਗਿਆ ਆਪਾਂ ਬਾਣੀ ਤੋਂ ਟੁੱਟ ਜਾਂਦੇ ਹਾਂ, ਆਪਾਂ ਬਾਣੀ ਤੋਂ ਦੂਰ ਹੋ ਜਾਂਦੇ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਆਗੂ ਬਾਣੀ ਨੂੰ ਮੰਨਿਆ। ਜਦੋਂ ਕੋਈ ਬਾਣੀ ਨੂੰ ਆਗੂ ਮੰਨ ਕੇ ਆਪਣੀ ਜ਼ਿੰਦਗੀ ਦੇ ਅੰਦਰ ਨਿਰਵਾਹ ਕਰਦਾ ਹੈ, ਯਾਦ ਰੱਖਿਓ ਚੜ੍ਹਦੀ ਕਲਾ ਵਿੱਚ ਜਾਂਦਾ ਹੈ, ਚੜ੍ਹਦੀ ਕਲਾ ਵਿੱਚ ਜਾਂਦਾ ਹੈ। ਸਮਾਂ ਅੱਗੇ ਬੀਤਿਆ, 1809 ਦੇ ਅੰਦਰ ਸਾਧ ਸੰਗਤ 'ਚ ਇੱਕ ਬਹੁਤ ਵੱਡੀ ਸੰਧੀ ਹੋਈ ਅੰਗਰੇਜ਼ਾਂ ਦੇ ਨਾਲ ਰੋਪੜ ਦੀ ਧਰਤੀ 'ਤੇ, ਸਤਲੁਜ ਦੇ ਕਿਨਾਰੇ। ਸਾਡੀ ਇਹ ਵੀ ਘਾਟ ਲਈ ਵੀ ਜਿਹੜੀਆਂ ਥਾਵਾਂ ਬਹੁਤ ਇਤਿਹਾਸਿਕ ਸੀ ਨਾ, ਆਪਾਂ ਉਹਨਾਂ ਨੂੰ ਸੰਭਾਲ ਨਹੀਂ ਸਕੇ। ਦਾਸ ਉੱਥੇ ਤੋਂ ਆਇਆ ਹੈ, ਉਸੇ ਰੋਪੜ 'ਚੋਂ ਆਇਆ ਹੈ। ਤੁਸੀਂ ਅੱਜ ਜਾ ਕੇ ਵੇਖੋ ਉੱਥੇ ਸਵਰਾਜ ਮਾਜਦਾ ਦੀ ਇੱਕ ਕੰਪਨੀ ਨੇ, ਧਿਆਨ ਕਰਿਓ, ਇੱਕ ਕੰਪਨੀ ਨੇ ਉਹ ਸਾਰੀ ਜ਼ਮੀਨ ਲੈ ਲਈ ਸਰਕਾਰ ਕੋਲੋਂ, ਔਰ ਉਹ ਸਰਕਾਰ ਕੋਲੋਂ ਉਹ ਵੀ ਥਾਂ ਲੈ ਲਈ ਜਿੱਥੇ ਉਹ ਯਾਦਗਾਰ ਅੱਜ ਵੀ ਬਣੀ ਹੋਈ ਹੈ, ਚੋਟੀ ਦੇ ਉੱਤੇ ਅੱਜ ਵੀ ਨਿਸ਼ਾਨ ਸਾਹਿਬ ਝੂਲਦਾ, ਉਹ ਯਾਦਗਾਰ ਵੀ ਮੁੱਲ ਲੈ ਲਈ। ਉਹ ਤਾਂ ਢਾ ਰਹੇ ਸੀ ਉਸ ਚੀਜ਼ ਨੂੰ ਅਤੇ ਉਹ ਸਿੰਘਾਂ ਨੇ ਜਾ ਕੇ ਧਰਨਾ ਦਿੱਤਾ, ਤਾਂ ਉਹ ਛੋਟੀ ਜਿਹੀ ਪਹਾੜੀ ਅੱਜ ਟਿਕੀ ਹੋਈ ਹੈ। ਨਹੀਂ ਉਹ ਵੀ ਸਮਾਂ ਆਏਗਾ, ਉਹ ਵੀ ਭੁੱਲ ਜਾਣੀ, ਅਸੀਂ ਸੰਭਾਲ ਹੀ ਨਹੀਂ ਸਕੇ, ਦੇਖ ਹੀ ਨਹੀਂ ਸਕੇ। ਅੱਜ ਵੀ ਉਹ ਯਾਦਗਾਰ ਹੈ, ਤੁਸੀਂ ਕਦੇ ਜਾਓ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ, ਉਹ ਅੱਜ ਵੀ ਸਤਲੁਜ ਕਿਨਾਰੇ 'ਤੇ ਨਿਸ਼ਾਨ ਸਾਹਿਬ ਝੂਲਦਾ, ਅੱਜ ਵੀ ਦੱਸਦਾ ਵੀ ਸਤਲੁਜ ਦੇ ਪਰੇ ਵਾਲਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਕੋਲ ਸੀ ਸੰਧੀ ਦੇ ਮੁਤਾਬਕ, ਅਤੇ ਸਤਲੁਜ ਦਾ ਇੱਧਰ ਦਾ ਇਲਾਕਾ ਜਿਹੜਾ ਸੀ ਉਹ ਅੰਗਰੇਜ਼ੀ ਰਾਜ ਅੰਦਰ ਸੀ। ਪਰ ਇਹ ਵੀ ਗੱਲ ਸੀ ਕਿ ਉਹਨਾਂ ਦੀ ਜ਼ਰੂਰਤ ਨਹੀਂ ਸੀ ਕਿ ਸਤਲੁਜ ਟੱਪ ਕੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਲੈ ਲੈਣ, ਜ਼ਰੂਰਤ ਨਹੀਂ ਸੀ, ਤਾਕਤ ਸੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ, ਗੁਰੂ ਦੇ ਨਾਲ ਪਿਆਰ ਸੀ, ਸੂਰਮਤਾਈ ਦੇ ਗੁਣ ਸਨ, ਸਾਧ ਸੰਗਤ ਜੀ। ਸਮਾਂ ਅੱਗੇ ਬੀਤਿਆ, ਕਿੰਨੇ ਚੜ੍ਹਤ ਹੋਈ ਅਤੇ ਕਦੇ ਪਿਸ਼ਾਵਰ ਦਾ ਉਹ ਇਲਾਕਾ ਜਿੱਥੋਂ ਬਹੁਤ ਸਾਰੇ ਹਮਲਾਵਰਾਂ ਨੇ
ਹਿੰਦੁਸਤਾਨ ਤੇ ਹਮਲੇ ਕੀਤੇ, ਹਿੰਦੁਸਤਾਨ ਨੂੰ ਲੁੱਟਿਆ, ਹਿੰਦੁਸਤਾਨ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਨੂੰ ਲੁੱਟਿਆ, ਜੇਕਰ ਉਸ ਇਲਾਕੇ ਦੇ ਬੂਹੇ ਬੰਦ ਕੀਤੇ ਨੇ, ਉਸ ਇਲਾਕੇ ਨੂੰ ਆਪਣੇ ਰਾਜ ਵਿੱਚ ਮਿਲਾਇਆ, ਤੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ, ਜੇਕਰ ਦਰਾ ਖੇਬਰ ਦੇ ਇਲਾਕੇ ਨੂੰ ਜਿੱਤਿਆ, ਉੱਥੇ ਫਤਿਹਗੜ੍ਹ ਕਿਲ੍ਹਾ ਬਣਾਇਆ, ਉੱਥੇ ਹਰੀ ਸਿੰਘ ਨਲੂਏ ਦੇ ਨਾਂ ਸਾਧ ਸੰਗਤ ਜੀ, ਮੈਂ ਇਤਿਹਾਸ ਨੂੰ ਪੜ੍ਹਦਾ, ਇੱਕ ਮਹੀਨੇ ਅੰਦਰ ਦਰਾ ਖੇਬਰ ਦੇ ਇਲਾਕੇ ਨੂੰ ਜਿੱਤ ਕੇ ਕਿਲ੍ਹਾ ਬਣਾ ਕੇ ਰੱਖ ਦਿੱਤਾ ਸੀ। ਤੇ ਧਿਆਨ ਕਰਿਓ, ਉਹ ਤੋਂ ਬਾਅਦ ਕੋਈ ਹਮਲਾਵਰ, ਉਸ ਦਿਨ ਤੋਂ ਬਾਅਦ ਅੱਜ ਤੱਕ ਉਸ ਇਲਾਕੇ ਵਿੱਚੋਂ ਹਮਲਾਵਰ ਬਣ ਕੇ ਹਿੰਦੁਸਤਾਨ ਨੂੰ ਲੁੱਟਣ ਨਹੀਂ ਆਇਆ। ਇਹ ਵੀ ਬਹੁਤ ਵੱਡੀ ਦੇਣ ਹੈ, ਇਹ ਵੀ ਬਹੁਤ ਵੱਡੀ ਇੱਕ ਦੇਣ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ, ਔਰ ਉਸ ਮਹਾਨ ਸੂਰਵੀਰਾਂ ਦੀ ਜਿਨ੍ਹਾਂ ਨੇ ਆਪਣੇ ਸ਼ਹੀਦੀਆਂ ਦੇ ਦੇ ਕੇ ਇਸ ਖਾਲਸੇ ਰਾਜ ਨੂੰ ਬਣਾਇਆ, ਖਾਲਸੇ ਰਾਜ ਨੂੰ ਸਿੰਜਿਆ। ਸ਼ਾਮ ਸਿੰਘ ਅਟਾਰੀ ਵਰਗੇ, ਹਰੀ ਸਿੰਘ ਨਲੂਏ ਵਰਗੇ, ਨਵਾਬ ਕਪੂਰ ਸਿੰਘ ਵਰਗੇ, ਅਕਾਲੀ ਫੂਲਾ ਸਿੰਘ ਵਰਗੇ ਤੇ ਸਾਧ ਸੰਗਤ ਜੀ, ਆਪਣੀ ਪਰਜਾ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਇੰਨੇ ਸੁਚਾਰੂ ਸਨ ਕਿ ਮੈਨੂੰ ਇੱਕ ਘਟਨਾ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਨੇ ਲਿਖੀ ਹੈ। ਕਹਿੰਦੇ ਇੱਕ ਦਿਨ ਉਹਨਾਂ ਦਾ ਵਜ਼ੀਰ ਨਾ ਸ਼ਹਿਰ ਵਿੱਚ ਕਿਧਰੇ ਜਾ ਰਿਹਾ ਸੀ। ਕਹਿੰਦੇ ਇੱਕ ਮਾਂ ਆਪਣੇ ਪੁੱਤਰ ਨੂੰ ਖੜਾ ਰਹੀ ਸੀ, ਲੋਰੀ ਦੇ ਰਹੀ ਸੀ। ਲੋਰੀ ਦੇਂਦੇ ਉਹਨੇ ਲੋਰੀ 'ਚ ਜਿਹੜੇ ਸ਼ਬਦ ਵਰਤੇ ਉਹ ਵਜ਼ੀਰ ਨੂੰ ਚੁਭੇ। ਸ਼ਬਦ ਲੋਰੀ ਵਿੱਚ ਜਿਹੜੇ ਵਰਤੇ ਸ਼ਬਦ ਵਰਤੇ ਆਕੜ ਵੇ ਮੁੰਡਿਆ ਆਕੜ। ਸ਼ਬਦ ਕਿਹੜੇ ਵਰਤੇ? ਆਕੜ ਵੇ ਮੁੰਡਿਆ ਆਕੜ। ਰਣਜੀਤ ਸਿੰਘ ਤੇਰਾ ਚਾਕਰ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ। ਦਾਈ ਦਾ ਅਰਥ ਹੁੰਦਾ ਖਿਡਾਵੀ। ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਵਜ਼ੀਰ ਨੂੰ ਬੜਾ ਅੰਦਰ ਨੂੰ ਦੁੱਖ ਲੱਗਿਆ, ਉਹਨੂੰ ਕ੍ਰੋਧ ਵੀ ਆਇਆ, ਰੋਸ ਵੀ ਆਇਆ, ਪਰ ਉਸ ਵੇਲੇ ਤੋਂ ਲੰਘ ਗਿਆ। ਉਹਨੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀ ਗੱਲ ਦੱਸੀ ਵੀ ਤੇਰੀ ਪਰਜਾ ਵਿੱਚ ਇੱਕ ਮਾਂ ਆਪਣੇ ਪੁੱਤ ਨੂੰ ਆਹ ਗੱਲ ਕਹਿੰਦੀ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਦੂਜਾ ਦਿਨ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ, ਉਹ ਮਾਂ ਨੂੰ ਵੀ ਬੁਲਾਇਆ ਗਿਆ, ਭਰੇ ਦਰਬਾਰ ਵਿੱਚ ਬੁਲਾਇਆ, ਭਰੇ ਦਰਬਾਰ ਵਿੱਚ ਬੁਲਾਇਆ। ਉਹ ਮਾਂ ਆਪਣੇ ਬੱਚੇ ਨੂੰ ਵੀ ਲੈ ਕੇ, ਛੋਟਾ ਜਿਹਾ ਬੱਚਾ ਸੀ ਗੋਦ ਅੰਦਰ, ਭਰੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਕਹਿ ਰਿਹਾ ਸੀ, ਮਾਂ ਉਹ ਗੱਲ ਜਿਹੜੀ ਤੂੰ ਕੱਲ ਆਪਣੇ ਬੱਚੇ ਨੂੰ ਕਹਿ ਰਹੀ ਸੀ ਦੁਆਰੇ ਕਹਿ। ਮਾਂ ਦੀਆਂ ਲੱਤਾਂ ਕੰਬਦੀਆਂ, ਐਡੇ ਵੱਡੇ ਸੂਰਮੇ ਨੂੰ ਮੈਂ ਕਹਿ ਕੀ ਰਹੀ ਸਾਂ, ਜੇ ਮੈਂ ਦਰਬਾਰ ਵਿੱਚ ਕਿਤੇ ਕਿਹਾ ਕਿਤੇ ਇਹ ਮੈਨੂੰ ਸਜ਼ਾ ਨਾ ਦੇਵੇ। ਇਹ ਵੀ ਗੱਲ ਚੇਤੇ ਰੱਖਿਓ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੀ ਸਜ਼ਾ ਸੀ, ਫਾਂਸੀ ਦੀ ਸਜ਼ਾ ਕਿਸੇ ਨੂੰ ਵੀ ਨਹੀਂ ਹੋਈ। ਧਿਆਨ ਕਰਿਓ, ਉਹਨਾਂ ਨੇ ਜਿਹੜੀਆਂ ਜ਼ੁਲਮ ਦੇ ਖਿਲਾਫ ਤਾਂ ਜੰਗ ਲੜੀ ਹੈ, ਜ਼ਾਲਮਾਂ ਦੇ ਖਿਲਾਫ ਤਾਂ ਜੰਗ ਲੜੀ ਹੈ, ਪਰ ਉਹਨਾਂ ਨੇ ਕਿਸੇ ਨਿਰਦੋਸ਼ੇ ਜਾਂ ਕਿਸੇ ਮਜ਼ਲੂਮ 'ਤੇ ਜ਼ੁਲਮ ਨਹੀਂ ਢਾਇਆ। ਧਿਆਨ ਕਰਿਓ, ਹੁਣੇ ਮਾਂ ਨੂੰ ਦੁਬਾਰੇ ਕਿਹਾ ਰਣਜੀਤ ਸਿੰਘ ਜੀ ਨੇ, ਕਹਿਣ ਲੱਗੇ ਮਾਂ ਇੱਕ ਵਾਰ ਸੁਣਾ। ਹੁਣ ਉਹ ਕੰਬਦੀ ਜਿਹੀ ਆਵਾਜ਼ ਵਿੱਚ ਕਹਿੰਦੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਮਹਾਰਾਜਾ ਰਣਜੀਤ ਸਿੰਘ ਜੀ ਤੋਂ ਸੋਚ ਰਹੀ ਸੀ ਸਜ਼ਾ ਮਿਲੇਗੀ, ਉਹ ਤਖ਼ਤ ਤੋਂ ਉੱਠ ਕੇ ਮਾਣ ਕਰਿਓ, ਉਹ ਉਹਦੇ ਚਰਨਾਂ ਤੇ ਨਮਸਕਾਰ ਕਰਦਾ, ਕਹਿਣ ਲੱਗਿਆ ਧੰਨ ਹੈ ਗੁਰੂ ਨਾਨਕ ਦੇ ਪਾਤਸ਼ਾਹ, ਜਿੱਥੇ ਪਰਜਾ ਇਸ ਰਾਜੇ ਨੂੰ ਚਾਕਰ ਸਮਝਣ ਲੱਗ ਜਾਏ, ਰਾਜ ਸਤਿਗੁਰੂ ਤੇਰਾ, ਮੈਂ ਤਾਂ ਤੇਰੇ ਦਰ ਦਾ ਚਾਕਰ ਹੋ ਕੇ ਚਾਕਰੀ ਕਰਦਾ, ਸੇਵਾਦਾਰ ਹੋ ਕੇ ਸੇਵਾਦਾਰੀ ਕਰਦਾ, ਤੇ ਉਹ ਫਿਰ ਸਮਝ ਲਓ ਰਾਜ ਫਿਰ ਆਨੰਦ ਵਾਲਾ ਹੋਏਗਾ ਨਾ, ਉਹ ਰਾਜ ਖੇੜੇ ਵਾਲਾ ਹੋਏਗਾ। ਕਦੇ ਭਰੇ ਲਾਹੌਰ ਸ਼ਹਿਰ ਵਿੱਚੋਂ ਲੰਘਦੇ ਨੇ, ਕਿੰਨੀਆਂ ਕੁ ਘਟਨਾ ਜਦੋਂ ਇੱਕ ਮਾਈ ਆਪਣੇ ਘਰ ਤੋਂ ਤਵਾ ਚੁੱਕ ਕੇ ਉਹਨਾਂ ਦੇ ਪੈਰਾਂ ਨੂੰ ਲਾਉਣ ਲੱਗਦੀ ਹੈ, ਤੇ ਇਹ ਗੱਲ ਕਹਿੰਦੀ ਹੈ
कि महाराजा साहब मैनू तो इन्नी क पता है भी जिहड़ा तुहाडे नाल छूह के उह सोना बन जांदा है। मैं अपना तवा ही चक लियाई हाँ, मेरी पुत्री ब्याहुण वाली है, मेरे घर च कुछ नहीं है, आ तवा ही मैं सोचिया भी इहदे नाल जुड़ के कालख वाला काला तवा भी सोना हो जाए। महाराजा रणजीत सिंह ने आखिया सी मां हां ये तवा तो तेरा तवा तो लोहे दा है पर हां तेरी पुत्री ब्याहुण वाली तेरी पुत्री मेरी पुत्री तवे दे बराबर सोना तोल के दे देना। ये भी महाराजा रणजीत सिंह दी एक बहुत वड्डा सिद्धांत सी। कदे बेरी तोड़दियां बच्चियां दा पत्थर सिर ते लगना भावें सिपाहियां नूं बड़ा औखा लग्गिया पर महाराजा रणजीत सिंह ने रोक दिता। सज्जनो जे बेरी नूं पत्थर मारीए उह बेर दिंदी है ते फिर तो बहुत वड्डी गल है, ते जे उन्होंने मेरे पत्थर मारे इन्हां नूं भी कुछ देना बनता है, उन्हां नूं भी बहुत कुछ दिता। याद रखियो किड्डा वड्डा वह महाराजा होएगा, शेरे पंजाब होएगा जिन्हें 40 साल राज करके ये दस दिता भी राजा हुंदा की है और खालसे का राज हुंदा की है। ये दस दिता 1837 के अंदर महाराजा रणजीत सिंह का बहुत बड़ा सूरमा हरी सिंह नलुआ जंग के मैदान में शहीद होया। ये पहली बार सी कि उस महाराजा रणजीत सिंह की अख च अथरू आया। पहली बार सी महाराजा रणजीत सिंह नूं पुछिया सी भी अज तुहाडी अख च अथरू क्यों? कहन लगे सज्जना करते ने मैनू बचपन में ना एक बीमारी दिती सी, उन्हें मेरी अख ले ली सी, उन्हें मेरी अख ले ली सी, उन्हें मेरी अख ले ली पर मैनू इन्ना गम नहीं होया। अज मेरा सच्ची अख, अज मेरा सब तो बड़ा मेरा सूरमा मेरे नाल दा हरी सिंह नलुआ शहीद हो गया, अज महाराजा रणजीत सिंह अन्ना हो गया। कदे अख रब ने लई सी, अज मेरी सज्जी अख हरी सिंह नलुआ शहीद हो गया, वह चले गई है, अज रणजीत सिंह अन्ना हो गया। ये शब्द पहली बार वो सूरमे ने आखे। ध्यान करियो समा अपनी चाले चलिया, समा अपनी चाले चलिया। 1839 के अंदर 59 साल की उम्र है सिर्फ, जदों महाराजा रणजीत सिंह लाहौर की धरती के उत्ते अज साध संगत जी 27 जून वाले दिन जदों वो चढ़ाई करते ने महाराजा खड़क सिंह नूं गद्दी दे के उन्हां दी याद विच आपां जुड़े हैं। पर उन्हां दी याद विच जुड़ने सानूं इह संदेश उपदेश है क्योंकि अगला जिहड़ा इतिहास है वह फिर गदारां नाल भी भरिया पे है। ध्यान करियो इतों तक तो उन्होंने सही चलाया पर अगों मैं थोड़ा जहा हिंट दे के अगे लंघ जाने। 3 रुपए से सेवादार भर्ती होया ध्यान सिंह डोगरा, 3 रुपए से। ध्यान करियो वो ध्यान सिंह डोगरे ने पूरे खालसे राज नूं जिहड़ा सी वो चढ़ती कला दे राज नूं ढहिंदी कला विच ले आंदा। सारे जिन्हें तख्त पर बैठे उन्हां दी मौत दा कारण वो ध्यान सिंह डोगरा बनता है। याद रखियो इतिहास अपनी चाले चलिया। 1800 साध संगत 39 के अंदर 59 साल की उम्र जी के महाराजा रणजीत सिंह शेरे पंजाब इस दुनिया नूं सदा अलविदा कह गया। पर उस वेले पंजाब दे लोकां दे अंदरों एक आवाज़ निकली सी अज पंजाब जिहड़ा सी ओह रंडा हो गया। क्यों? क्योंकि अज इहदा सब तो वड्डा शेर महाराजा रणजीत सिंह शेरे पंजाब अज चढ़ाई कर गया। याद रखियो पर उन्हां दी याद विचों अज जे आपां मना रहे हैं इस संदेश है कि अज भी जे तुसी राज कायम करना है, अज भी जे तुसी अपनी जिंदगी विच राजे बनना चाहुंदे हो ते फिर इहो सिधांत है। 40 साल का महाराजा रणजीत सिंह का इतिहास पढ़ के अपनी जिंदगी विच सेध लेके ओहो जिहा राज कायम करी। मेरे को सिर्फ 4-5 मिनट का समय, मैं अज दूजे शहीद की भी नाल गल करनी सी। अज दे ही दिन 1716 ध्यान करियो
ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਸਰਹੰਦ ਨੂੰ ਜਿੱਤ ਕੇ ਸਿੱਖ ਰਾਜ ਕਾਇਮ ਕੀਤਾ, ਉਸੇ ਰਾਜ ਦੀ ਕੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵਧਾਇਆ। ਤੇ ਯਾਦ ਰੱਖਿਓ, ਜਿਹਨੇ ਵਜ਼ੀਰ ਖਾਂ ਤੋਂ ਚੁਣ ਚੁਣ ਬਦਲੇ ਲਏ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ, ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨਗਰ ਦੀ ਗੜੀ ਚੋਂ 740 ਸਿੰਘਾਂ ਸਮੇਤ ਗ੍ਰਿਫਤਾਰ ਕੀਤੇ। ਗੁਰਸਿੱਖੋ, ਤਿੰਨ ਗੜੀਆਂ ਕਦੇ ਨਾ ਭੁੱਲੇ। ਅੱਜ ਸਾਡੀ ਬਦਕਿਸਮਤੀ ਹੈ, ਘਾਟ ਹੈ ਵੀ ਆਪਾਂ ਇਤਿਹਾਸ ਨਹੀਂ ਪੜ੍ਹਦੇ। ਤਿੰਨ ਗੜੀਆਂ ਕਦੇ ਨਾ ਭੁੱਲਿਓ। ਪਹਿਲੀ ਗੜੀ ਹੈ ਚਮਕੌਰ ਦੀ ਗੜੀ, ਦੂਜੀ ਗੜੀ ਹੈ ਗੁਰਦਾਸ ਨੰਗਲ ਦੀ ਗੜੀ, ਤੇ ਤੀਜੀ ਗੜੀ ਹੈ ਸਾਰਾ ਗੜੀ। ਇਹ ਤਿੰਨ ਗੜੀਆਂ ਸਿੱਖ ਕਦੇ ਨਾ ਭੁੱਲਿਓ। ਇਹਨਾਂ ਨਾਲ ਸਿੱਖ ਦਾ ਇਤਿਹਾਸ ਜੁੜੇ ਹੈ। ਗੁਰਦਾਸ ਨੰਗਲ ਦੀ ਗੜੀ ਚੋਂ 740 ਸਿੱਖਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ, ਦਿੱਲੀ ਪਹੁੰਚਾਇਆ ਗਿਆ। ਅੱਜ ਤੋਂ 7 ਦਿਨ ਪਿੱਛੇ ਮੁੜ ਜਾਓ, ਧਿਆਨ ਕਰਿਓ, ਇੱਕ ਹਫ਼ਤਾ ਪੂਰਾ ਰੋਜ਼ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਦਿੱਲੀ ਦੀ ਧਰਤੀ ਤੇ। 7 ਦਿਨ ਲਗਾਤਾਰ ਕਤਲੇਆਮ ਚੱਲਿਆ, 7 ਦਿਨ ਲਗਾਤਾਰ ਕਤਲੇਆਮ ਚੱਲਿਆ। ਤੇ ਫਿਰ ਵਾਰੀ ਆਈ ਬਾਬਾ ਬੰਦਾ ਸਿੰਘ ਬਹਾਦਰ ਦੀ। ਇਹ ਵੀ ਸਾਡਾ ਇਤਿਹਾਸ ਕਹਿੰਦਾ, 7 ਦਿਨ ਕਤਲੇਆਮ ਜ਼ਰੂਰ ਚੱਲਿਆ, ਪਰ 7 ਦਿਨਾਂ 'ਚ ਇੱਕ ਵੀ ਸਿੰਘ ਆਪਣੇ ਧਰਮ ਤੋਂ ਨਹੀਂ ਡੋਲਿਆ, ਇੱਕ ਵੀ ਸਿੰਘ ਆਪਣੇ ਧਰਮ ਤੋਂ ਨਹੀਂ ਡੋਲਿਆ। ਔਰ ਇਤਿਹਾਸ ਕਹਿੰਦਾ ਉਹਨਾਂ ਸ਼ਹੀਦਾਂ ਵਿੱਚ ਇੱਕ 9 ਸਾਲ ਦਾ ਛੋਟਾ ਜਿਹਾ ਬੱਚਾ ਸੀ, ਭੀਮ ਸਿੰਘ, ਅੰਮ੍ਰਿਤਸਰ ਦੇ ਵਿੱਚ। ਇਹ ਸਾਧ ਸੰਗਤ ਜੀ ਸੁਲਤਾਨ ਪਿੰਡ ਦਾ ਰਹਿਣ ਵਾਲਾ ਹੈ। ਇਹ ਭੀਮ ਸਿੰਘ 9 ਸਾਲ ਦਾ ਹੈ। ਇਹਦੀ ਮਾਂ ਪਹੁੰਚ ਗਈ ਸੀ ਦਿੱਲੀ ਵਿੱਚ ਵੀ ਬਾਦਸ਼ਾਹ ਮੇਰੇ ਪੁੱਤ ਦੀ ਛੋਟੀ ਉਮਰ ਹੈ, ਉਹ ਸਿੱਖ ਨਹੀਂ ਹੈ। ਤੇ ਫਰਕ ਸ਼ੀਰ ਬਾਦਸ਼ਾਹ ਕਹਿ ਰਿਹਾ ਸੀ, ਉਹਨੇ ਚਿੱਠੀ ਲਿਖੀ, ਕਹਿੰਦਾ 700 ਚੋਂ ਇੱਕ ਤਾਂ ਮਾਂ ਮੰਨਦੀ ਵੀ ਸਿੱਖ ਨਹੀਂ ਮੇਰਾ ਬੱਚਾ। ਉਹਨੇ ਚਿੱਠੀ ਲਿਖੀ, ਕਾਜੀ ਸਾਹਿਬ ਜੇ ਇਹਦਾ ਪੁੱਤ ਕਹਿੰਦਾ ਵੀ ਸਿੱਖ ਨਹੀਂ ਹੈ, ਉਹਨੂੰ ਛੱਡ ਵੀ ਦਿਓ, ਜਗੀਰ ਵੀ ਦੇ ਦਿਓ, ਇੱਕ ਸਿੱਖ ਤਾਂ ਮੰਨਿਆ। ਕਹਿੰਦੇ ਉਹ ਭੀਮ ਸਿੰਘ ਦੇ ਕੋਲ ਮਾਂ ਆਈ, ਪੁੱਤ ਨੂੰ ਕਹਿਣ ਲੱਗੀ, ਪੁੱਤਰ ਤੂੰ ਮੇਰਾ ਇੱਕੋ ਇੱਕ ਪੁੱਤ ਹੈ, ਇੱਕੋ ਇੱਕ ਬਜ਼ੁਰਗੀ ਦਾ ਸਹਾਰਾ ਹੈ, ਤੂੰ ਅੱਜ ਇੱਥੇ ਕਹਿ ਦੇ ਵੀ ਮੈਂ ਸਿੱਖ ਨਹੀਂ, ਭਾਵੇਂ ਘਰੇ ਜਾ ਕੇ ਤੂੰ ਸਿੱਖ ਬਣ ਜਾਈ, ਤੇਰੀ ਜਾਨ ਬਖਸ਼ ਦੇਣਗੇ ਇਹ। ਤੇ ਧੰਨ ਹੈ ਉਹ ਭੀਮ ਸਿੰਘ, ਕਹਿਣ ਲੱਗਿਆ ਮਾਂ ਜਿਹੜੀ ਮਾਂ ਨੇ ਮੈਨੂੰ ਸਿੱਖ ਬਣਾਇਆ ਸੀ ਉਹ ਮਾਂ ਹੀ ਤੂੰ ਨਹੀਂ ਹੈ, ਤੂੰ ਮੇਰੀ ਮਾਂ ਹੀ ਨਹੀਂ ਹੈ, ਮੈਂ ਤਾਂ ਗੁਰੂ ਕਾ ਸਿੱਖ ਹਾਂ। ਕਾਜੀ ਸਾਹਿਬ ਦੇਰ ਨਾ ਕਰੋ, ਮੇਰੇ ਭਰਾ, ਮੇਰੇ ਬਜ਼ੁਰਗ, ਮੇਰੇ ਪਿਤਾ ਸਮਾਨ ਸ਼ਹੀਦ ਹੋ ਗਏ, ਮੈਂ ਵੀ ਸ਼ਹੀਦ ਹੋਣਾ ਚਾਹੁੰਦਾ। ਉਹ 740 ਵਿੱਚ ਉਹ 9 ਸਾਲ ਦਾ ਬੱਚਾ ਵੀ ਸ਼ਹੀਦ ਹੋਇਆ। ਧਿਆਨ ਕਰਿਓ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਇਹਨਾਂ ਜ਼ਾਲਮਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਪੂਰੇ ਸਰੀਰ ਦੇ ਮਾਸ ਨੂੰ ਜੰਬੂਰਾਂ ਨਾਲ ਨੋਚਿਆ, ਜਦੋਂ ਨਾ ਡੋਲੇ ਫਿਰ ਉਹਨਾਂ ਨੇ ਸਾਧ ਸੰਗਤ ਜੀ ਹੱਥ ਪੈਰ ਵੱਢ ਦਿੱਤੇ, ਜਦੋਂ ਨਾ ਡੋਲੇ ਉਹਨਾਂ ਦੇ ਸਾਹਮਣੇ ਉਹਨਾਂ ਦਾ 4 ਸਾਲ ਦਾ ਬੱਚਾ ਹੈ। ਪੁੱਤ ਕਿਹਨੂੰ ਪਿਆਰਾ ਨਹੀਂ, ਸਿੱਖੀ ਲਈ ਤਾਂ ਪੁੱਤ ਵੀ ਕੁਰਬਾਨ ਹੈ। ਧਿਆਨ ਕਰਿਓ, 4 ਸਾਲ ਦਾ ਬੱਚਾ ਅਜੇ ਸਿੰਘ, ਬਾਬਾ ਬੰਦਾ ਸਿੰਘ ਦੀਆਂ ਅੱਖਾਂ ਸਾਹਮਣੇ ਉਹਦਾ ਪਾੜ ਕੇ ਸਰੀਰ ਕਲੇਜਾ ਕੱਟ ਕੇ ਮੂੰਹ ਵਿੱਚ ਤੁੰਨਿਆ ਗਿਆ। ਤੇ ਬੰਦਾ ਸਿੰਘ ਬਹਾਦਰ ਨੂੰ ਕਾਜੀ ਪੁੱਛਦਾ, ਕਿਹੋ ਜਿਹਾ ਸਵਾਦ ਹੈ ਪੁੱਤ ਦੇ ਕਲੇਜੇ ਦਾ? ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਿਆ ਕਾਜੀ ਸਾਹਿਬ, ਦੁਨੀਆਂ ਵਿੱਚ ਬਹੁਤ ਪਦਾਰਥ ਖਾਧੇ, 36 ਤਰ੍ਹਾਂ ਦੇ ਪਦਾਰਥ ਖਾਧੇ, ਪਰ ਸਿੱਖੀ ਲਈ ਜੇ ਅੱਜ ਪੁੱਤ ਦਾ ਕਲੇਜਾ ਵੀ ਖਾਣਾ ਪਿਆ ਤੇ ਇਹ ਸਵਾਦ ਨਾ ਪੁੱਛੋ, ਅੱਜ ਤਾਂ ਆਨੰਦ ਹੀ ਆਨੰਦ ਹੈ। ਧਿਆਨ ਕਰਿਓ, ਪੁੱਤ ਦਾ ਕਲੇਜਾ ਮੂੰਹ 'ਚ ਤੁੰਨਿਆ ਗਿਆ, ਜਦੋਂ ਨਾ ਡੋਲੇ ਅੱਖਾਂ ਕੱਢ ਦਿੱਤੀਆਂ ਗਈਆਂ, ਜਦੋਂ ਨਾ ਡੋਲੇ ਅੱਜ ਦੇ ਦਿਨ ਫਿਰ ਉਹਨਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ। ਐਸੇ ਸੂਰਬੀਰ ਯੋਧੇ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਹਨਾਂ 740 ਸਿੰਘਾਂ ਦੀਆਂ ਸ਼ਹੀਦੀਆਂ ਹੈ, ਮਹਾਰਾਜਾ ਰਣਜੀਤ ਸਿੰਘ ਦੀ ਯਾਦ 'ਚ ਜੁੜੇ ਹਾਂ। ਐਡਾ ਸਾਡਾ ਮਾਣ ਮੱਤਾ ਇਤਿਹਾਸ ਹੈ, ਗੁਰੂ ਕਿਰਪਾ ਕਰੇ ਅਸੀਂ ਇਸ ਇਤਿਹਾਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਸਿੱਖੀ ਤੋਂ ਕਦੇ ਨਾ ਤੋੜੋ, ਕਿਉਂਕਿ ਸਿਰਾਂ ਨੂੰ ਦੇ ਕੇ ਸਿੱਖੀ ਲਈ ਹੈ। ਅੱਜ ਤਾਂ ਭਾਵਨਾ ਹੋਵੇ, ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ,
ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਸੰਗਤ ਬਖਸ਼ਣ ਯੋਗ ਹੈ, ਬਖਸ਼ਦੇ ਹੋ ਦਿਓ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧ ਸੰਗਤ, ਵੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਜਿਸ ਦੇ ਨਾਲ ਨਾਲ ਸ਼ਹੀਦ ਬੰਦਾ ਸਿੰਘ ਦੀ ਸ਼ਹੀਦੀ, ਆਪਣੇ ਭਾਈ ਸਾਹਿਬ ਸੁਖਵਿੰਦਰ ਸਿੰਘ ਗੁਰੂ ਘਰ ਦੇ ਕਥਾ ਵਾਚਕ, ਉਹਨਾਂ ਪਾਸੋਂ ਬੜੇ ਪਿਆਰ ਸਹਿਤ ਵਿਚਾਰ ਸਰਵਣ ਕੀਤੇ ਹਨ। ਭਾਈ ਸਾਹਿਬ ਦੇ ਬਹੁਤ ਹੀ ਧੰਨਵਾਦੀ ਹਾਂ। ਗੁਰੂ ਪਿਆਰੇ ਸਾਧ ਸੰਗਤ ਜੀ, ਕੁਝ ਇਸ ਹਫ਼ਤੇ ਦੇ ਪ੍ਰੋਗਰਾਮ ਨੇ ਜੋ ਆਪ ਦੇ ਨਾਲ ਸਾਂਝੇ ਕਰਨੇ ਹਨ,